ਬਾਲੀਵੁੱਡ ਫਿਲਮ ਦੇ ਵਿੱਚ ਨੀਰੂ ਬਾਜਵਾ ਦੀ ਐਂਟਰੀ ਤੇ ਫਿਲਮ ਕੋਈ ਹੋਰ ਨਹੀਂ ਬਲਕਿ ਹੈ ਸਨ ਆਫ ਸਰਦਾਰ 2। ਜੀ ਖਬਰਾਂ ਆ ਰਹੀਆਂ ਨੇ ਕਿ ਨੀਰੂ ਬਾਜਵਾ ਨੇ ਸਨ ਆਫ ਸਰਦਾਰ 2 ਦੀ ਟੀਮ ਨੂੰ ਜੁਆਇਨ ਕਰ ਲਿਆ ਤੇ ਨੀਰੂ ਬਾਜਵਾ ਦੀ ਫਿਲਮ ਦੇ ਵਿੱਚ ਐਂਟਰੀ ਹੋ ਚੁੱਕੀ ਹੈ। ਇਸ ਫਿਲਮ ਨੂੰ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਤੇ ਜਗਦੀਪ ਸਿੱਧੂ ਨੇ ਇਸ ਦੀ ਸਕ੍ਰਿਪਟ ਲਿਖੀ ਹੈ। ਅਜੇ ਦੇਵਗਨ ਲੀਡ ਕਿਰਦਾਰ ਦੇ ਵਿੱਚ ਹੋਣਗੇ ਤੇ ਸਨ ਆਫ ਸਰਦਾਰ ਫ੍ਰੈਂਚਾਈਜ਼ੀ ਦਾ ਦੂਸਰਾ ਪਾਰਟ ਹੈ ਜਿਸ ਨੂੰ ਕਿ ਅਜੇ ਦੇਵਗਨ ਫਿਲਮਸ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ। ਸੋ ਨੀਰੂ ਬਾਜਵਾ ਨੂੰ ਵੀ ਇਸ ਫਿਲਮ ਦੀ ਕਹਾਣੀ ਦੇ ਵਿੱਚ ਸ਼ਾਮਿਲ ਕਰ ਲਿਆ। ਰੀਸੈਂਟਲੀ ਫਿਲਮ ਦਾ ਸ਼ੂਟ ਵਿਦੇਸ਼ ਦੇ ਵਿੱਚ ਸ਼ੁਰੂ ਹੋਇਆ ਜਿੱਥੇ ਕਿ ਨੀਰੂ ਬਾਜਵਾ ਨੇ ਟੀਮ ਨੂੰ ਜੁਆਇਨ ਕਰ ਲਿਆ। ਫਿਲਮ ਦਾ ਕੁਝ ਹਿੱਸਾ ਇੰਡੀਆ ਦੇ ਵਿੱਚ ਫਿਲਮਾਇਆ ਜਾਏਗਾ ਤੇ ਕੁਝ ਵਿਦੇਸ਼ ਦੇ ਵਿੱਚ। ਫਿਲਹਾਲ ਵਿਦੇਸ਼ ਵਾਲੇ ਪਾਰਟ ਦੀ ਸ਼ੂਟਿੰਗ ਚੱਲ ਰਹੀ ਹੈ ਜਿੱਥੇ ਕਿ ਨੀਰੂ ਬਾਜਵਾ ਨੇ ਸ਼ੂਟਿੰਗ ਸ਼ੁਰੂ ਕਰ ਲਈ ਹੈ। ਖਬਰਾਂ ਅਨੁਸਾਰ ਇਹੀ ਕਿਹਾ ਜਾ ਰਿਹਾ ਕਿ ਜਿਸ ਫਿਲਮ ਦੀ ਸ਼ੂਟਿੰਗ ਨੀਰੂ ਬਾਜਵਾ ਨੇ ਸ਼ੁਰੂ ਕੀਤੀ ਹੈ ਉਹ ਸਨ ਆਫ ਸਰਦਾਰ 2 ਦੀ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਕਰੀਅਰ ਦੀ ਗੱਲ ਕਰੀਏ ਤੇ ਸਪੈਸ਼ਲ 26 ਫਿਲਮ ਦੇ ਵਿੱਚ ਨੀਰੂ ਬਾਜਵਾ ਨੇ ਇੱਕ ਸੌਂਗ ਦੇ ਵਿੱਚ ਫੀਚਰਿੰਗ ਕੀਤੀ ਸੀ। ਹਾਲਾਂਕਿ ਉਹਨਾਂ ਦੇ ਫਿਲਮਿੰਗ ਕਰੀਅਰ ਦੀ ਸ਼ੁਰੂਆਤ 1997 ਦੇ ਵਿੱਚ ਹੀ ਸ਼ੁਰੂ ਹੋ ਗਈ ਸੀ। ਦੇਵਾਨੰਦ ਦੀ ਫਿਲਮ ਮੈਂ 16 ਬਰਸ ਕੀ ਦੇ ਵਿੱਚ ਵੀ ਨੀਰੂ ਬਾਜਵਾ ਨੂੰ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਟੀਵੀ ਸੀਰੀਅਲਸ ਕੀਤੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਜਿੱਥੇ ਕਿ ਉਹ ਸੁਪਰਸਟਾਰ ਬਣੀ ਤੇ ਕੁਈਨ ਆਫ ਪੰਜਾਬੀ ਫਿਲਮ ਇੰਡਸਟਰੀ ਬਣੀ। ਹੁਣ ਬਾਲੀਵੁੱਡ ਫਿਲਮ ਸਨ ਆਫ ਸਰਦਾਰ 2 ਦੇ ਵਿੱਚ ਨੀਰੂ ਬਾਜਵਾ ਨਜ਼ਰ ਆ ਸਕਦੀ ਹੈ। ਫਿਲਮ ਦਾ ਪੂਰਾ ਥੀਮ ਪੰਜਾਬ ਬੇਸਡ ਹੈ ਤੇ ਨੀਰੂ ਬਾਜਵਾ ਪੰਜਾਬਣ ਦੇ ਕਿਰਦਾਰ ਦੇ ਵਿੱਚ ਖੂਬ ਜਚੇਗੀ ਜਦੋਂ ਅਜੇ ਦੇਵਗਨ ਦੇ ਨਾਲ ਕੁਈਨ ਉੱਤੇ ਨਜ਼ਰ ਆਏਗੀ। ਫਿਲਮ ਦੇ ਵਿੱਚ ਲੀਡ ਕਿਰਦਾਰ ਨੀਰੂ ਬਾਜਵਾ ਦਾ ਜਾਂ ਸਾਈਡ ਰੋਲ ਹੈ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਨੀਰੂ ਬਾਜਵਾ ਦਾ ਲੈਵਲ ਇੰਨਾ ਹੈ ਕਿ ਉਹਨਾਂ ਨੂੰ ਹੁਣ ਸਾਈਡ ਰੋਲ ਨਹੀਂ ਜੇ ਮਿਲੇਗਾ ਤੇ ਲੀਡ ਰੋਲ ਹੀ ਮਿਲੇਗਾ ਤੇ ਨਾਲ ਹੋਰ ਕਿਹੜੇ ਕਿਰਦਾਰ ਤੇ ਹੋਰ ਐਕਟਰਸ ਕੌਣ ਹੈ ਇਸ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈ। ਜਗਦੀਪ ਸਿੱਧੂ ਦੀ ਇਹ ਦੂਸਰੀ ਬਾਲੀਵੁੱਡ ਸਕ੍ਰਿਪਟ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਸ਼੍ਰੀਕਾਂਤ ਲਿਖੀ ਸੀ ਤੇ ABCD ਫਿਲਮ ਦੇ ਡਾਇਲੋਗ ਵੀ ਲਿਖੇ ਸੀ ਤੇ ਹੁਣ ਸਨ ਆਫ ਸਰਦਾਰ 2 ਦੇ ਵਿੱਚ ਜਗਦੀਪ ਸਿੱਧੂ ਦੀ ਸਕ੍ਰਿਪਟ ਦੇ ਨਾਲ ਵਿਜੇ ਕੁਮਾਰ ਅਰੋੜਾ ਦੀ ਡਾਇਰੈਕਸ਼ਨ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਅਜੇ ਦੇਵਗਨ ਇੱਕ ਵਾਰ ਫਿਰ ਤੋਂ ਟਬ ਐਂਡ ਲੁੱਕ ਦੇ ਵਿੱਚ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਤਦ ਫੈਨਸ ਉਹਨਾਂ ਨੂੰ ਥੀਏਟਰਸ ਦੇ ਵਿੱਚ ਜ਼ਰੂਰ ਦੇਖਣ ਜਾਣਗੇ ਤੇ ਸਨ ਆਫ ਸਰਦਾਰ 2 ਦਾ ਇੰਤਜ਼ਾਰ ਬੇਸਬਰੀ ਦੇ ਨਾਲ ਕੀਤਾ ਜਾ ਰਿਹਾ ਹੈ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।